ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਦਾ ਬੋਰਨ ਟੂ ਟਰੈਵਲ ਚੈਨਲ। ਅਤੇ ਅੱਜ ਆਪਾਂ ਤੁਹਾਡੇ ਨਾਲ ਕੁਛ ਇਨਫੋਰਮੇਸ਼ਨ ਸ਼ੇਅਰ ਕਰਨ ਲੱਗੇ ਹਾਂ, ਜਿਵੇਂ ਕਿ ਆਪਣੀ ਲੋਕੇਸ਼ਨ ਇਸ ਟਾਈਮ ਹੈਗੀ ਆਪਾਂ ਪੁਰਤਗਾਲ ਵਿੱਚ ਭੇਜੇ ਰਹਿ ਰਹੇ ਹਾਂ। ਅਤੇ ਬਾਈ ਆਪਣਾ ਕੱਲ੍ਹ ਨੋਵੋ ਬੈਂਕ 'ਚ ਬੈਂਕ ਆਪਣਾ ਖਾਤਾ ਖੁਲਵਾ ਗਿਆ ਸੀ, ਅਤੇ ਤੁਹਾਨੂੰ ਦੱਸਣਗੇ ਕੀ ਡਾਕੂਮੈਂਟ ਰਿਕੁਆਇਰਮੈਂਟ ਆ ਅਤੇ ਕਿੰਨੇ ਰੁਪਏ ਲੱਗਦੇ ਆ, ਦੱਸੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਰਵੀ ਆ ਅਤੇ ਮੈਂ ਕੱਲ੍ਹ ਬੈਂਕ 'ਚ ਗਿਆ ਸਾਂ ਅਤੇ ਉਹਨਾਂ ਨੇ ਮੇਰੇ ਪਾਸਪੋਰਟ ਲਿਆ ਮੇਰਾ ਅਤੇ ਪਿੰਨ ਕਾਰਡ ਲਿਆ ਇੰਡੀਆ ਦਾ ਚੱਲ ਜਾਂਦਾ ਆਪਣਾ ਪਿੰਨ ਕਾਰਡ, ਅਤੇ ਉਹਦੇ ਤੋਂ ਬਾਅਦ ਜੋ ਵੀ ਸੀ ਆਪਣਾ ਇੱਥੋਂ ਦੇ ਪੇਪਰ ਲੋਕ ਹੋਏ ਸੀ ਉਹ ਡਾਕੂਮੈਂਟ ਸੀ। ਹਾਂ, ਪੇਪਰ 'ਤੇ ਚਲੋ ਆਪਣਾ ਪੇਪਰ 'ਤੇ ਉਹੀ ਲੱਗੇ ਹੋਣੇ ਆ, ਜਿਵੇਂ ਕੰਟਰੈਕਟ ਫਾਈਨਾਂਸ ਅਤੇ ਸੁਗਰਨ ਸੋਸ, ਉਹੀ ਜਿਹੜੇ ਆਪਣੇ ਪੇਪਰ। ਫੀਸ ਦਾ ਵੀ ਕਹਿ ਰਹੇ ਸੀ ਵੀ ਜਿਹੜੇ 30 ਤੋਂ ਥੱਲੇ ਆ ਅਤੇ 30 ਤੋਂ ਉੱਪਰ ਆ ਉਹਨਾਂ ਦਾ ਕੀ ਚਾਰਜ? ਜਿਨ੍ਹਾਂ ਦਾ ਵੀ 30 ਤੋਂ ਥੱਲੇ ਆ ਉਹਨਾਂ ਦਾ ਤਾਂ 50 ਯੂਰੋ 'ਚ ਕਰ ਰਹੇ ਆ, ਯਾਨੀ ਕਿ ਜਿਹੜੇ 30 ਤੋਂ ਉੱਪਰ ਆ ਉਹਨਾਂ ਦਾ ਆਪਣਾ 250 ਯੂਰੋ ਲੈ ਰਹੇ ਆ ਇੱਥੋਂ। ਅੱਛਾ, ਜਿਹੜੇ ਮਤਲਬ 30 ਸਾਲ ਤੋਂ ਨੀਚੇ ਹੈਗੇ ਉਹਨਾਂ ਦਾ 50 ਯੂਰੋ 'ਚ ਅਕਾਊਂਟ ਓਪਨ ਕਰ ਰਹੇ ਨੇ, ਅਤੇ ਜਿਹੜਾ 30+ ਹੈਗੇ ਉਹਨਾਂ ਦੇ 250 ਯੂਰੋ। ਹਾਂ, 250 ਯੂਰੋ ਲੈ ਰਹੇ ਨੇ, 250। ਅਤੇ ਹਾਂ ਠੀਕ, ਅਤੇ ਮਤਲਬ ਕਿ ਆਪਣਾ ਸੁਗਰਾਂਸੋ ਕੰਟਰੈਕਟ ਫਾਈਨਾਂਸ ਸੈਲਰੀ ਸਲਿੱਪ ਵਗੈਰਾ? ਸੈਲਰੀ ਸਲਿੱਪ ਦੀ ਲੋੜ ਨਹੀਂ ਹੈ ਇਹਦੇ 'ਚ, ਆਪਣਾ ਕੰਟਰੈਕਟ ਜਿਹੜਾ ਲੱਗਾ ਉਹ ਚੱਲ ਜਾਏਗਾ। ਕਿੰਨੇ ਟਾਈਮ 'ਚ ਅਕਾਊਂਟ ਖੋਲ ਦਿੰਦੇ? ਕੋਈ ਟਾਈਮ ਮੰਗਦੇ ਆ ਫਿਰ ਨਾਲ ਦੀ ਨਾਲ ਹੀ? ਕਿਵੇਂ, ਕਈ ਵਾਰੀ ਤਾਂ ਨਾਲ ਦੀ ਨਾਲ ਖੋਲ ਦਿੰਦੇ ਆ, ਜਿਵੇਂ ਅੱਧਾ ਘੰਟਾ ਲੱਗਦਾ ਹੈ, ਅਤੇ ਕਈ ਵਾਰੀ ਟਾਈਮ ਮੰਗ ਲੈਂਦੇ ਆ ਵੀ ਕੱਲ੍ਹ ਨੂੰ ਆ ਜਾਓ। ਏ ਟੀ ਐੱਮ ਵਗੈਰਾ ਦੇਣਗੇ ਉਹਦੇ 'ਚ ਕੀ ਸਕੀਮ? ਹਾਂ, ਉਹਦੇ 'ਚ ਏ ਟੀ ਐੱਮ ਦੇਣਗੇ, ਜੋ ਵੀ ਆਪਣੇ ਪੇਪਰ ਆ ਹੈਲਥ ਇੰਸ਼ੋਰੈਂਸ ਦੇਣਗੇ, ਅਤੇ ਯਾਨੀ ਕਿ ਜੋ ਵੀ ਉਹਨਾਂ ਦੀ ਬੈਂਕ ਦੀ ਹੈ ਆ। ਹਾਂ, ਗੌਰਮੈਂਟ ਬੈਂਕ ਹੈ ਬਾਕੀ, ਅਤੇ ਬਾਕੀ ਬਹੁਤ ਵਧੀਆ ਹੈ, ਅਤੇ ਜ਼ਿਆਦਾ ਟਾਈਮ ਨਹੀਂ ਲੱਗਾ, ਅੱਧੇ ਘੰਟੇ 'ਚ ਖਾਤਾ ਖੋਲ ਦਿੰਦੇ ਆ। ਅਗਰ ਇੰਸ਼ੋਰੈਂਸ ਸਾਲ ਦੇ ਕਿੰਨੇ ਰੁਪਏ ਕੱਢਦੇ ਪਰ ਮੰਥ? ਕਿੰਨੀ ਫੀਸ? 25 ਯੂਰੋ ਲੱਗਦੇ ਆ ਇੰਸ਼ੋਰੈਂਸ ਦੇ। ਅੱਛਾ, ਯਾਨੀ ਕਿ ਵਿੱਚ ਹੀ ਇੰਸ਼ੋਰੈਂਸ ਅਤੇ ਉਹ ਮਹੀਨੇ ਦਾ ਚਾਰਜ ਵੀ ਜਿੱਦਾਂ ਕਹਿ ਰਹੇ ਸੀ? ਮੰਥਲੀ ਚਾਰਜ ਉਹਨਾਂ ਦਾ 70 ਯੂਰੋ ਨੇ। ਅੱਛਾ ਅੱਛਾ, ਅਤੇ ਜੋ ਮਤਲਬ ਕਿ ਇੰਸ਼ੋਰੈਂਸ ਉਹ ਸਾਲ ਦੇ 20 ਯੂਰੋ ਕੱਟਣਗੇ, 20 ਜਾਂ 25? 25, ਅਤੇ ਆਪਣਾ ਮੰਥਲੀ 7 ਯੂਰੋ। ਹਾਂ, ਮੰਥਲੀ 7 ਯੂਰੋ। ਅਤੇ ਮੈਂ ਇਹ ਵੀ ਸੁਣਿਆ ਸੀਗਾ ਵੀ ਜਿੱਦਾਂ ਆਪਣੀ ਸੈਲਰੀ ਅਕਾਊਂਟ 'ਚ ਆਉਂਦੀ ਹੈ ਅਤੇ ਉਹਦਾ ਮਤਲਬ ਕਿ ਉਹਨਾਂ ਦੇ 'ਤੇ ਹੈਗੇ 3 ਯੂਰੋ, ਅਤੇ ਜਿਹਨਾਂ ਦੀ ਸੈਲਰੀ ਨਹੀਂ ਆਉਂਦੀ ਉਹਨਾਂ ਦੇ 7 ਯੂਰੋ ਪਰ ਮੰਥ ਚਾਰਜ ਹੈਗੇ। ਹਾਂ ਬਿਲਕੁਲ ਬਿਲਕੁਲ ਇੱਦਾਂ ਹੀ ਹੈ। ਅਤੇ ਕੋਈ ਵੀ ਅਗਰ ਪੁਰਤਗਾਲ ਦੀ ਇਨਫੋਰਮੇਸ਼ਨ ਚਾਹੀਦੀ ਹੈ, ਆਪਣੇ ਭਰਾ ਆ ਕਾਕਾ ਹਰ ਇਨਫੋਰਮੇਸ਼ਨ ਦਿੰਦਾ ਹੈ, ਬਹੁਤ ਵਧੀਆ ਇਹ ਭਰਾ। ਜਿਸ ਟੋਪਿਕ 'ਤੇ ਵੀ ਆਪਾਂ ਤੁਹਾਨੂੰ ਲੋੜ ਹੈਗੀ, ਜਿਸ ਬਾਰੇ ਵੀ ਤੁਸੀਂ ਪੁੱਛਣਾ, ਉਸ ਬਾਰੇ ਤੁਸੀਂ ਕਮੈਂਟ 'ਚ ਦੱਸ ਦਿਆ ਕਰੋ ਵੀ ਸਾਨੂੰ ਇਸ ਚੀਜ਼ ਦੀ ਨੌਲੇਜ ਚਾਹੀਦੀ ਆ, ਆਪਾਂ ਜਿੰਨਾ ਸਾਡੇ ਕੋਲ ਹੋ ਸਕਿਆ ਉਨੀ ਤੁਹਾਡੀ ਮਤਲਬ ਹੈਲਪ ਕਰਾਂਗੇ। ਬਿਲਕੁਲ। ਅਤੇ ਬਾਕੀ ਤੁਸੀਂ ਭੇਜੇ ਖੁਲਵਾ ਗਿਆ ਅਕਾਊਂਟ? ਹਾਂ, ਮੈਂ ਭਾਜੀ ਭੇਜੇ ਖੁਲਵਾਇਆ, ਅਤੇ ਨੋਵਾ ਬੈਂਕ ਹੈ ਜਿਹਦੇ 'ਚ ਮੈਂ ਖਾਤਾ ਖੁਲਵਾਇਆ। ਹਾਂ, ਅਤੇ ਹਫ਼ਤੇ ਬਾਅਦ ਏ ਟੀ ਐੱਮ ਆ ਜਾਏਗਾ। ਠੀਕ ਹੈ, ਅਤੇ ਏ ਟੀ ਐੱਮ ਆਪਾਂ ਨੂੰ ਬੈਂਕ ਜਾ ਕੇ ਲੈਣਾ ਪੈਣਾ ਜਾਂ ਆਪਣੇ ਐਡਰੈਸ 'ਤੇ ਘਰ? ਅਗਰ ਆਪਣਾ ਐਡਰੈਸ ਹੈ ਕੋਲ ਰਹਿੰਦੇ, ਆਪਾਂ ਐਡਰੈਸ 'ਤੇ ਕਹਿ ਸਕਦੇ ਹਾਂ ਵੀ ਐਡਰੈਸ 'ਤੇ ਭੇਜ ਦਿਓ। ਅਗਰ ਆਪਣਾ ਕੋਈ ਅੱਗੇ ਪਿੱਛੇ ਯਾਨੀ ਕਿ ਆਪਾਂ ਰਹਿਸ਼ ਬਦਲਤੀ ਹੈ, ਫਿਰ ਆਪਾਂ ਕਹਾਂਗੇ ਵੀ ਆਪਾਂ ਬੈਂਕ 'ਚੋਂ ਹੀ ਲੈ ਜਾਵਾਂਗੇ, ਕੋਈ ਪ੍ਰੋਬਲਮ ਨਹੀਂ ਆਉਂਦੀ। ਅੱਛਾ, ਮੰਨ ਲਓ ਜੇ ਆਪਣੇ ਪੇਪਰ ਕਿਸੇ ਦੂਜੀ ਲੋਕੇਸ਼ਨ 'ਤੇ ਆਪਣਾ ਲੌਗਇਨ ਹੋਏ ਆ, ਜਿੱਥੇ ਆਪਾਂ ਫਾਈਲ ਆਪਣਾ ਕੀ ਕਹਿੰਦੇ ਉਹਨੂੰ, ਅਗਰ ਆਪਾਂ ਕਿਸੇ ਹੋਰ ਦਾ ਐਡਰੈਸ ਦਿੱਤਾ, ਜਿਵੇਂ ਜਿੱਦਾਂ ਆਪਾਂ ਕਾਗਜ਼ ਕਿਸੇ ਹੋਰ ਲੋਕੇਸ਼ਨ 'ਤੇ ਜਮ੍ਹਾਂ ਕਰਾ ਲਏ, ਜਿੱਦਾਂ ਆਪਾਂ ਭੇਜੇ ਰਹਿ ਰਹੇ ਹਾਂ, ਆਪਾਂ ਕਾਗਜ਼ ਆਪਣੇ ਲਿਸਬਨ ਲੋਕ ਕਰਾਏ ਆ, ਬਿਲਕੁਲ, ਅਤੇ ਆਪਾਂ ਉਹਨਾਂ ਨੂੰ ਐਂ ਵੀ ਕਹਿ ਸਕਦੇ ਆਪਾਂ ਵੀ ਐਡਰੈਸ ਸਾਡਾ ਦੂਜੀ ਜਗ੍ਹਾ ਦਾ, ਅਤੇ ਆਪਾਂ ਬਾਏ ਹੈਂਡ ਲੈਣਾ ਤੁਹਾਡੇ ਕੋਲ ਏ ਟੀ ਐੱਮ ਵੀ ਆਪਣੇ ਜਿਹੜੇ ਵੀ ਡਾਕੂਮੈਂਟ ਬੈਂਕ ਦੇ ਥਰੂ ਮਿਲਦੇ ਆਪਾਂ ਬਾਏ ਹੈਂਡ ਲੈਣਾ, ਆਪਾਂ ਕਹਿ ਸਕਦੇ ਹਾਂ। ਬਿਲਕੁਲ, ਉਹ ਕਹਿ ਦੇਣਗੇ ਵੀ ਤੁਸੀਂ ਹਫ਼ਤੇ ਬਾਅਦ ਆ ਜਾਓ, ਤੁਸੀਂ ਬੈਂਕ 'ਚੋਂ ਰਿਸੀਵ ਕਰ ਸਕਦੇ ਹੋ ਡਾਕੂਮੈਂਟ ਆਪਣੇ ਜੋ ਵੀ ਏ ਟੀ ਐੱਮ ਹੈ, ਮਤਲਬ ਉਸ ਲੋਕੇਸ਼ਨ 'ਤੇ ਮਤਲਬ ਕੋਈ ਚੱਕਰ ਨਹੀਂ ਲੱਗਦਾ? ਕੋਈ ਪ੍ਰੋਬਲਮ ਨਹੀਂ ਆਈ ਆਪਾਂ ਨੂੰ ਤਾਂ, ਕੋਈ ਪ੍ਰੋਬਲਮ ਨਹੀਂ ਆਈ, ਮਤਲਬ ਜਿੱਥੇ ਵੀ ਆਪਾਂ ਰਹਿ ਰਹੇ ਉੱਥੇ ਹੀ ਖੁਲਵਾ ਸਕਦੇ ਹਾਂ, ਅਤੇ ਉਹ ਬਾਏ ਹੈਂਡ ਲੈ ਸਕਦੇ ਆਪਣੇ ਏ ਟੀ ਐੱਮ ਵਗੈਰਾ, ਬੈਂਕ ਅਕਾਊਂਟ, ਪਾਸਬੁੱਕ ਜੋ ਵੀ ਦਿੰਦੇ। ਬਿਲਕੁਲ ਬਿਲਕੁਲ। ਠੀਕ ਹੈ ਭਾਅ ਜੀ, ਫਿਰ ਜੋ ਵੀ ਇਨਫੋਰਮੇਸ਼ਨ ਚਾਹੀਦੀ ਹੋਈ ਕਮੈਂਟ 'ਚ ਦੱਸ ਦਿਓ, ਅਤੇ ਮਿਲਦੇ ਹਾਂ ਫਿਰ ਨੈਕਸਟ ਟਾਈਮ ਨੈਕਸਟ ਵੀਡੀਓ 'ਚ। ਓਕੇ, ਥੈਂਕ ਯੂ।